6 ਸਾਲ ਤੋਂ ਨੋਟਾਂ ਚੋਰੀ ਹੋ ਰਹੀਆਂ ਜੀ ਤੇ ਅਸੀਂ ਪੁਲਿਸ ਨੂੰ ਦਰਖਾਸਤ ਦਿੰਦੇ ਹਾਂ ਤਾਂ ਸਾਡੀ ਕਾਰਵਾਈ ਕੋਈ ਨਹੀਂ ਹੁੰਦੀ ਵੀ ਚਿਰ ਹੋ ਗਿਆ ਜੀ ਇੱਦਾਂ ਹੀ ਮੋਟਰਾਂ ਚੋਰੀ ਹੋ ਜਾਂਦੀਆਂ ਜੀ ਅਤੇ ਨਾ ਕੋਈ ਪੁਲਿਸ ਤੱਕ ਵੀ ਪਹੁੰਚ ਕਰੀਦੀ ਆ ਉਹ ਗੇੜਾ ਮਾਰ ਕੇ ਚਲ ਜਾਂਦੇ ਨੇ ਅਤੇ ਕੋਈ ਕਾਰਵਾਈ ਨਹੀਂ ਬਿਲਕੁਲ ਕਮੀ ਪੁਲਿਸ ਦੀ ਆਮ ਕਿਸਾਨ ਘੁੰਮੇਗਾ ਉਹਨੂੰ ਪੁੱਛ ਗਿੱਛ ਕਰਨਗੇ ਵੀ ਤੁਸੀਂ ਕਿੱਧਰ ਫਿਰਨ ਡੇ ਜੇ ਕਿੱਧਰ ਘੁੰਮਣ ਡੇ ਜੇ ਇਹ ਜਿਹੜੇ ਲੋਕ ਮੋਟਰਾਂ ਚੋਰਨੇ ਤੇ ਇਹਨਾਂ ਨੂੰ ਪੁੱਛ ਗਿੱਛ ਨਹੀਂ ਕਰਨ ਤਸਵੀਰਾਂ ਡੇਰਾ ਬਾਬਾ ਨਾਨਕ ਦੇ ਸੱਦੀ ਇਲਾਕੇ ਧਰਮਕੋਟ ਵਾਲੇ ਪਾਸੇ ਪਿੰਡਾਂ ਦੀਆਂ ਹਨ ਜਿੱਥੇ ਕਿ ਪਿਛਲੇ ਕਈ ਸਾਲਾਂ ਤੋਂ ਕਿਸਾਨਾਂ ਦੀਆਂ ਮੋਟਰਾਂ ਦੀ ਸ਼ਰੇਆਮ ਰਾਤ ਨੂੰ ਚੋਰੀ ਹੁੰਦੀ ਹੈ ਪਰ ਪੁਲਿਸ ਦੇ ਹੱਥੇ ਅਜੇ ਤੱਕ ਇੱਕ ਵੀ ਚੋਰ ਨਹੀਂ ਚੜਿਆ ਹੈ ਜਿਸ ਕਰਕੇ ਕਿਸਾਨ ਆਪਣੀਆਂ ਮੋਟਰਾਂ ਚੋਰੀ ਹੋਣ ਕਰਕੇ ਤਾਂ ਪਰੇਸ਼ਾਨ ਹੈ ਹੀ ਹਨ ਪਰ ਪੁਲਿਸ ਦੇ ਇਸ ਵਤੀਰੇ ਤੋਂ ਵੀ ਕਾਫੀ ਪਰੇਸ਼ਾਨ ਹਨ ਉਹਨਾਂ ਕਿਹਾ ਕਿ ਸ਼ਿਕਾਇਤ ਦੇਣ ਤੋਂ ਬਾਅਦ ਪੁਲਿਸ ਫੇਰਾ ਤਾਂ ਭਾਵੇਂ ਮਾਰ ਜਾਂਦੀ ਹੈ ਪਰ ਕਦੇ ਵੀ ਚੋਰ ਇਹਨਾਂ ਦੇ ਹੱਥ ਨਹੀਂ ਲੱਗਾ ਹੈ ਆਮ ਕਿਸਾਨ ਘੁੰਮੇਗਾ ਉਹਨੂੰ ਪੁੱਛ ਗਿੱਛ ਕਰਨਗੇ ਵੀ ਤੁਸੀਂ ਕਿੱਧਰ ਫਿਰਨ ਡੇ ਜੇ ਕਿੱਧਰ ਘੁੰਮਣ ਡੇ ਜੇ ਇਹ ਜਿਹੜੇ ਲੋਕ ਮੋਟਰਾਂ ਚੋਰਨੇ ਤੇ ਇਹਨਾਂ ਨੂੰ ਕੋਈ ਪੁੱਛ ਗਿੱਛ ਨਹੀਂ ਕਰਦਾ ਕਿਹੜੇ ਕਿਹੜੇ ਪਿੰਡ ਦੇ ਜਿਹੜੇ ਮੋਟਰਾਂ ਚੋਰੀਆਂ ਨੇ ਹੁਣ ਤੱਕ ਇਹ ਹੁਣ ਤੱਕ ਜੀ ਸਜਾਦੇ ਦੀਆਂ ਹੋਈਆਂ ਜੇ ਸਜਾਦੇ ਕਲਾਂ ਦੀਆਂ ਤਲਵੰਡੀ ਦੀਆਂ ਗੁਰਚਕ ਦੀਆਂ ਪਿੰਡ ਦੀਆਂ ਡਾਲੇ ਦੀਆਂ ਮਸੂਰ ਦੀਆਂ ਘੱਟੋ ਘੱਟ ਵੀ ਜਿਹੜੇ ਬੰਦੇ ਦੀਆਂ ਵੀ ਮੋਟਰਾਂ ਲੱਥ ਜਾਂਦੀਆਂ ਜੇ ਉਹ ਵਿਚਾਰਾ ਜਾ ਕੇ ਲਿਖਾਉਣ ਜਾਂਦਾ ਆ ਨਾਲੇ ਤੇ ਉਹਦਾ 8-10 ਹਜ਼ਾਰ ਦੀ ਬਣਾਉਂਦਾ ਜੇ ਨਾਲੇ ਉਹ ਵਿਚਾਰਾ ਉੱਥੇ ਜਾਣ ਜਾਂਦਾ ਆ ਤੇ ਉੱਥੇ ਬਸ ਉਹ ਲਿਖ ਲੈਂਦੇ ਨੇ FIR ਸਾਡੀਆਂ ਧਰਮਕੋਟ ਚੌਂਕੀ ਸਾਨੂੰ ਪੈਂਦੀ ਜੇ ਇੱਥੇ ਘੱਟੋ ਘੱਟ ਵੀ 10 ਪਈਆਂ ਹੋਣੀਆਂ ਜੇ ਰਾਤ ਵੇਲੇ ਕੋਈ ਗਸ਼ਤ ਵਗੈਰਾ ਹੁੰਦੀ ਹੈ ਨਾ ਪੁਲਿਸ ਗਸ਼ਤ ਇਹ ਨਾਕੇ ਲੱਗੇ ਜੇ ਤੁਸੀਂ ਤੇ ਚੌਂਕੀਆਂ ਬਣੀਆਂ ਨੇ ਆਪਣੇ ਵੱਲੋਂ ਤੇ ਸਾਡੇ ਰੋਡ ਤੇ BSF ਦੇ ਵੀ ਹੁੰਦੇ ਪਹਿਰੇ ਤੇ ਕੋਈ ਬੰਦਾ ਫੜਿਆ ਨਹੀਂ ਜਾਂਦਾ ਕੋਈ ਚੈੱਕ ਨਹੀਂ ਕਰਦੇ ਜਿਹੜੀ ਵੀ ਚੋਰੀ ਹੋ ਜਾਂਦੀ ਉਹ ਵਿਚਾਰਾ ਲਿਖ ਕੇ ਦੇ ਆਉਂਦਾ ਤੇ ਆਪਣੀ ਬਣਾ ਕੇ ਤੇ ਫਿਰ ਚਾਲੂ ਕਰ ਲੈਂਦਾ ਤੇ ਕੀ ਕਰਨ ਲੋਕ ਗਰੀਬ ਬਹੁਤ ਨੇ 10-10 ਹਜ਼ਾਰ ਰੁਪਈਆ ਮੋਟਰ ਦਾ ਲੱਗਦਾ ਜੇ ਤੇ ਇੱਕ ਇੱਕ ਜ਼ਿਮੀਂਦਾਰ ਦੀਆਂ 5-5-6-6 ਵਾਰੀ ਮੋਟਰਾਂ ਚੋਰੀ ਹੋ ਗਈਆਂ ਜੇ ਤੇ ਹਾਂ ਇਹੋ ਕਹਿੰਦੇ ਆ ਕਿ ਸਾਡੀਆਂ ਮੋਟਰਾਂ ਜਿਹੜੀਆਂ ਨੇ ਬੀਤੀ ਰਾਤ ਕਿੰਨੀਆਂ ਮੋਟਰਾਂ ਚੋਰੀ ਗਈਆਂ ਬੀਤੀ ਰਾਤ 2 ਮੋਟਰਾਂ ਚੋਰੀ ਹੋਈਆਂ ਜੇ ਜਿਹੜੇ ਦਰਵਾਜ਼ੇ ਭੰਨ ਕੇ ਚੋਰੀ ਕੀਤੀ ਗਈ ਜੇ ਤੇ ਇਸ ਤੋਂ ਪਹਿਲਾਂ ਤੇ 5-6 ਦਿਨ ਪਾਉਂਦੇ ਨੇ ਫਿਰ ਆਣ ਕੇ ਲਾ ਜਾਂਦੇ ਜਦੋਂ ਵੀ ਲੋਕ ਠੰਡ ਦੇ ਦਿਨ ਆ ਘਰਾਂ ਨੂੰ ਜਾਂਦੇ ਉਦੋਂ ਇਹ ਆ ਜਾਂਦੇ ਨੇ ਤੇ ਬਸ ਮੋਟਰ ਚੋਰੀ ਕਰਕੇ ਲੈ ਜਾਂਦੇ ਰਸਤੇ ਦੇ ਵਿੱਚ BSF ਦਾ ਨਾਕਾ ਪੁਲਿਸ ਦਾ ਨਾਕਾ ਉਹਨਾਂ ਵੱਲੋਂ ਪਰ ਨਾਕਾ ਲੱਗਦਾ ਪਰ ਕਦੀ ਇਹ ਸੁਣਿਆ ਨਹੀਂ ਵੀ ਬੰਦਾ ਕੋਈ ਫੜਿਆ ਨਾ ਚੋਰ ਜਾਂ ਕਿਸ ਤਰ੍ਹਾਂ ਕੋਈ ਚੈੱਕ ਕੀਤਾ ਹੋਵੇ ਇਹ ਕਾਰਵਾਈ ਕਰਨ ਤਾਂ ਆਪੇ ਚੋਰ ਫੜੇ ਜਾਣ ਅਤੇ ਕਰਦੇ ਨਹੀਂ ਗੇ ਚੋਰ ਜਿਹੜੇ ਜਾਂ ਸਾਈਡ ਤੋਂ ਨਹੀਂ ਹੋ ਜਾਂਦੇ ਕਿਸ ਤਰ੍ਹਾਂ ਹੁੰਦਾ ਪਰ ਚੋਰ ਫੜਿਆ ਕੋਈ ਨਹੀਂ ਗਿਆ 5-6 ਸਾਲ ਤੋਂ ਬਿਊਰੋ ਰਿਪੋਰਟ ਪੰਜਾਬ ਟੂਡੇ।